ਲੋਕਾਂ ਦੇ ਪੈਰ ਚੁੰਮੇ ਵੀ ਇੱਥੋਂ ਤੱਕ ਲੋਕ ਨੂੰ ਲੈ ਆਏ ਆ। ਹੋ ਕੋਈ ਕਹਿੰਦਾ ਲਿਬੜਿਆ ਕੁੜਤਾ ਏ ਮੇਰਾ, ਕੋਈ ਕਹਿੰਦਾ ਅਸੀਂ ਕਰਦੇ ਆ ਧੱਕਾ ਏ, ਉਹ ਟਾਈਮ ਸਾਡਾ ਉਹ ਪੁੱਤ ਪਤਾ ਲੱਗ ਯੂ ਕੀਤਾ ਮਿੱਤਰਾਂ ਨੇ ਮੁੱਦਾ ਜਦੋਂ ਯਕਾਵੇ, ਉਹ ਵੱਡੇ ਵੱਡੇ ਕਾਰਨਾਮੇ ਯਾਰਾਂ ਦੇ, ਵੱਡੇ ਵੱਡੇ ਕਾਰਨਾਮੇ ਯਾਰਾਂ ਦੇ, ਪਰ ਹੌਲੀ ਹੌਲੀ ਕਰਦੇ ਆ ਸ਼ੋ ਮਿੱਤਰਾ। ਓ ਪੁੱਤ ਨੀ ਅਮੂਰੇ ਤੇਰਾ ਪਿਓ ਮਿੱਤਰਾ, ਡਰ ਸਾਡੇ ਨਾਲ ਜਾਏਗਾ ਤੂੰ ਚੋ ਮਿੱਤਰਾ, ਜਾਣੀ ਮਾਤੜ ਨਾ ਖੜਾ ਮੂਰੇ ਜੋ ਮਿੱਤਰਾ। ਹਲੋ ਸਾਰਿਆਂ ਸਤਿ ਸ਼੍ਰੀ ਅਕਾਲ ਜੀ, ਆਪਣੇ ਸਮਾਈਲ ਹੁੰਦੇ ਵੱਲੋਂ ਸਾਰਿਆਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਗੱਲ ਇਹ ਆ ਵੀ ਮੈਂ ਸਿੱਧੂ ਮੂਸੇਵਾਲੇ ਬਾਰੇ ਗੱਲ ਕਰ ਰਿਹਾ ਕਿ ਇਹ ਸਟੇਜਾਂ ਦੇ ਲੋਕਾਂ ਨੂੰ ਕਹਿ ਰਿਹਾ ਵੀ ਲੋਕ ਮੇਰੇ ਸਾਲੇ ਆ, ਐ ਆ, ਇਹਨੇ ਸਿੱਪੀ ਗਿੱਲ ਨੂੰ ਗਾਲਾਂ ਕੱਢੀਆਂ ਵੀ ਵਿਆਹ 'ਚ ਗਏ, ਇਹ ਸਟੇਜਾਂ 'ਚ ਜਾ ਕੇ ਥਾਪੀਆਂ ਮਾਰਦਾ ਫਿਰਦਾ ਕਿ ਲੋਕ ਸਾਲੇ ਮੇਰੇ, ਲੋਕ ਸਾਲੇ ਨਹੀਂ ਲੋਕ ਜਿਹੜੇ ਆ ਰੱਬ ਦਾ ਰੂਪ ਹੁੰਦੇ ਆ ਜੀ, ਠੀਕ ਹੈ ਜੀ, ਇਹ ਬਦਮਾਸ਼ੀਆਂ ਕਰਦਾ ਫਿਰਦਾ, ਇਹ ਗਾਇਕੀ ਨਹੀਂ ਕਰ ਰਹੇ ਦੋਨੋਂ, ਇਹ ਆਪਸ 'ਚ ਕੌਂਟਰਵਰਸੀਆਂ ਬਣਾ ਕੇ ਲੋਕਾਂ ਨੂੰ ਥੱਲੇ ਲਾ ਰਹੇ ਨੇ, ਆਪਸ 'ਚ ਲੜੋ ਆਵੇ ਭਾਵੇਂ ਉੱਤੇ ਇਕੱਠੇ ਆ ਦੋਨੋਂ, ਸੋ ਇਹ ਗਾਇਕੀ ਨਹੀਂ ਕੋਈ ਹੁੰਦੀ। ਮੈਂ ਤਾਂ ਕਰਕੇ ਕਹਿ ਰਿਹਾ ਵੀ ਐਟੀਟਿਊਡ ਬੜਾ ਲੋਕਾਂ ਨੇ ਇਹਨੂੰ ਬਣਾਇਆ, ਪਹਿਲਾਂ ਇਹ ਤਰਲੇ ਮਾਰਦਾ ਫਿਰਦਾ ਸੀ ਕੀਰ ਕਰਾਂਗੇ ਮੈਨੂੰ, ਹੁਣ ਇਹ ਬਣ ਗਿਆ ਤੂੰ ਹੁਣ ਇਹ ਕਰਦਾ ਫਿਰਦਾ ਵੀ ਮੈਂ ਬਹੁਤ ਹੈ, ਤੁਸੀਂ ਸਾਰੇ ਜਾਣੇ ਆ ਜਾਓ, ਮੈਂ ਇਕੱਲਾ ਬਹੁਤ ਆ, ਮੈਂ ਇਕੱਲਾ ਲੜ ਲੂੰ ਸਾਰਿਆਂ ਨਾਲ, ਇਹ ਕੋਈ ਗਾਇਕੀ ਨਹੀਂ ਹੈ ਤੇ ਗੁੰਡਾਗਰਦੀ ਦੀ ਗੱਲ ਹੈ ਜੀ ਸਾਰੀ। ਸੋ ਮੈਂ ਇਹਨਾਂ ਨੂੰ ਇਹ ਕਹਿਣਾ ਵੀ ਆਪਣਾ ਸੱਭਿਆਚਾਰ ਸੰਭਾਲੋ, ਸਹੀ ਗਾਇਓ ਸਹੀ, ਮੈਂ ਕੋਈ ਕਿਸੇ ਨਾਲ ਵੈਰ ਨਹੀਂ ਮੇਰਾ, ਮੈਂ ਸਿਰਫ ਇੱਕ ਸਿੰਪਲ ਮੇਰਾ ਗੀਤ ਬਣਿਆ ਪਿਆ ਵੈਸੇ ਪੂਰਾ, ਇਹ 20 ਦਿਨਾਂ ਤੱਕ ਆਪਣੀ ਵੀਡੀਓ ਵੀ ਤਿਆਰ ਹੋ ਜਾਣੀ ਆ, ਫਿਰ ਮੈਂ ਸਾਰਾ ਦੱਸੂੰਗਾ ਵੀ ਕੀ ਇਹਨਾਂ ਕੀਤਾ ਕੀ ਨਹੀਂ, ਫਿਰ ਲੋਕ ਆਪਸ ਸੱਚਾਈ ਦਾ ਪਤਾ ਕਰਨਗੇ ਵੀ ਇਹ ਸੱਚ ਆ ਜਾਂ ਗਲਤ ਆ, ਮੈਂ ਕੋਈ ਗਲਤ ਨਹੀਂ ਬੋਲਦਾ ਕਿਸੇ ਬਾਰੇ। ਦੇਖੋ ਜੀ, ਲੋਕਾਂ ਨੂੰ ਜਿਹੜਾ ਸਾਲਾ ਕਹਿੰਦਾ ਇਹ ਕੋਈ ਵਧੀਆ ਗੱਲ ਨਹੀਂ ਸੱਭਿਆਚਾਰ, ਦੇਖੋ ਲੋਕਾਂ ਨੇ ਇਹਨੂੰ ਬਣਾਇਆ, ਲੋਕ ਇਹਦੇ ਲਈ ਰੱਬ ਆ, ਠੀਕ ਹੈ ਜੀ, ਜੇ ਨਾ ਬਣਾਉਂਦੇ ਇਹ ਸਾਲਾ ਕਹਿੰਦਾ ਤਾਂ ਮਤਲਬ ਹੀ ਨਹੀਂ ਕੋਈ, ਇਹਨੇ ਵੀ ਕਿਹਾ ਸਾਲਾ ਬੰਨਾਂਗਾ, ਲੋਕ ਰੱਬ ਹੁੰਦੇ ਆ, ਸਾਲਾ ਕਿਸੇ ਨੂੰ ਕਹਿਣਾ ਨਹੀਂ, ਇਹ ਤਾਂ ਗੱਲ ਬਹੁਤ ਗਲਤ ਗੱਲ ਹੈ, ਗੁੰਡਾਗਰਦੀ ਦੀ ਗੱਲ ਹੈ, ਥਾਪੀਆਂ ਮਾਰਦਾ ਹੈ ਲੋਕਾਂ ਦਾ ਵੀ ਮੇਰੇ ਨਾਲ ਕੇ ਵੇਖੋ, ਇਹ ਨਹੀਂ ਗੱਲ ਵਧੀਆ ਮੈਨੂੰ ਲੱਗੀ, ਬਸ ਮੈਂ ਇਸੇ ਕਰਕੇ ਥੋੜ੍ਹਾ ਜਿਹਾ ਬੋਲਿਆ। ਇੱਕ ਸਰ ਜਿਹੜਾ ਹੈ ਸਿੱਪੀ ਗਿੱਲ ਦਾ ਅਤੇ ਸਿੱਧੂ ਮੂਸੇਵਾਲਾ ਦਾ ਆਪਸੀ ਵਿਵਾਦ ਚੱਲਦਾ ਪਿਆ, ਇਹਦੇ ਬਾਰੇ ਤੁਹਾਡੀ ਆਪਦੀ ਕੀ ਖੁਦ ਹੀ ਰਾਏ ਹੈ ਕਿ ਇਹ ਕੀ ਵਿਵਾਦ ਇਹਨਾਂ ਦਾ ਕਿਸ ਤਰ੍ਹਾਂ ਦਾ, ਚੰਗਾ ਵਾ ਕਿ ਜਾਂ ਮਾੜਾ ਵਾ ਕਿ ਜਾਂ ਸਿੱਧੂ ਮੂਸੇਵਾਲਾ ਠੀਕ ਆ ਕਿ ਜਾਂ ਸਿੱਪੀ ਗਿੱਲ ਦੇ ਵਿੱਚ ਠੀਕ ਆ? ਸੋ ਭਾਜੀ ਉਹ ਜੇ ਸਰਾਸਰ ਸਿੱਧੂ ਮੂਸੇਵਾਲਾ ਗਲਤ ਹੈ, ਕਿਉਂਕਿ ਉਹਨਾਂ ਹੁਣ ਵਿਆਹ ਦੇ ਸੱਦਿਆਂ ਨੂੰ ਆਪਣੇ ਕੋਈ ਹੋਊਗਾ, ਆਪਣਾ ਜਿਹੜਾ ਯਾਰ ਬਿੱਲੀ ਮੈਂ ਸੱਦੂਗਾ ਵਿਆਹ 'ਤੇ, ਉਹ ਇਹ ਚੌਥੇ ਬੰਨੇ ਆਪਣੀ ਕੌਂਟਰਵਰਸੀ ਆਪਣਾ ਸੁਰਖੀਆਂ 'ਚ ਆਉਣ ਲਈ ਉਹਨੂੰ ਗਾਲਾਂ ਕੱਢ ਰਿਹਾ ਵੀ ਇਹ ਸਾਰੇ ਵਿਆਹ 'ਤੇ ਗਏ ਆ, ਇਹ ਮੇਰੇ ਨਾਨਕੇ ਲੜਨਾ, ਮੇਰੇ ਨਾਨਕੇ ਵੇਖਣ, ਇਹ ਕੋਈ ਵੱਡੀ ਗੱਲ ਨਹੀਂ, ਇਹ ਬਹੁਤ ਗਲਤ ਆ। ਸੋ ਇਹ ਮੈਂ ਸਮਝਦਾ ਵੀ ਸਿੱਧੂ ਮੂਸੇਵਾਲਾ ਇੱਥੇ ਗਲਤ ਹੈਗਾ, ਉਹਨੇ ਕਿਹਾ ਸੀਗਾ ਵੀ ਜਿਹੜੇ ਉਸਤਾਦ ਚੇਲੇ ਤੁਸੀਂ ਇਕੱਠੇ ਹੋ ਗਏ ਆ ਜਾਓ ਸਾਰੇ ਜਾਣੇ, ਮੈਂ ਇਕੱਲਾ ਬਹੁਤ ਕਿਹਾ ਨੇ ਬੱਬੂ ਮਾਨ ਨੂੰ ਸੀਗਾ, ਮੁੜ ਕੇ ਜਦੋਂ ਲੋਕਾਂ ਨੇ ਬੱਬੂ ਮਾਨ ਦੇ ਫੈਨਸ ਨੇ ਉਹਨਾਂ ਦੇ ਦਫ਼ਤਰ 'ਚ ਫੋਨ ਕੀਤਾ ਵੀ ਦੱਸੋ ਤੁਸੀਂ ਵੀ ਬਾਈ ਤੁਸੀਂ ਬੱਬੂ ਮਾਨ ਨੂੰ ਕਿਹਾ, ਮੁੜ ਕੇ ਨਾ ਡਰ ਕੇ ਇੱਕ ਇੰਟਰਵਿਊ 'ਚ ਵੀ ਕਿਹਾ ਇੱਕ ਵੀ ਮੈਂ ਨਹੀਂ ਵੀ ਮੈਂ ਬੱਬੂ ਮਾਨ ਬਹੁਤ ਸੀਨੀਅਰ ਹਾਂ, ਮੈਂ ਉਹਨਾਂ ਨੂੰ ਕਿਹਾ ਕਿਹਾ ਉਹਨੇ ਉਹਨੂੰ ਸੀਗਾ, ਅਤੇ ਉਹ ਡਰ ਗਿਆ ਮੁੜ ਕੇ ਵੀ ਨਹੀਂ ਇਹ ਚੀਜ਼ ਨਹੀਂ ਗਈ। ਤੁਸੀਂ ਵੀ ਇੱਕ ਗਾਇਕਾ ਜੇ, ਤੁਸੀਂ ਇੱਕ ਸਿੰਗਰ ਜੇ, ਤੁਹਾਨੂੰ ਕੀ ਇਰਾਦਾ ਵਾ ਕਿ ਜਿਹੜੇ ਸਿੱਧੂ ਮੂਸੇਵਾਲਾ ਜੋ ਅੱਜ ਦੇ ਦੌਰ ਦੇ ਵਿੱਚ ਕੰਮ ਕਰਦਾ ਪਿਆ ਵਾ ਇਹ ਚੰਗਾ ਕਰ ਰਿਹਾ ਵਾ ਕਿ ਜਾਂ ਮਾੜਾ ਕਰ ਰਿਹਾ ਵਾ? ਦੇਖੋ ਜੀ, ਲਿਖਣ ਦਾ ਜਿਹੜੀ ਚੀਜ਼ ਤਾਂ ਚੱਲ ਰਹੀ ਹੈ, ਪਰ ਮੈਂ ਇਹੋ ਚੀਜ਼ ਆਹਨਾ ਵੀ ਗੁੰਡਾਗਰਦੀਆਂ ਛੱਡ ਕੇ ਜੇ ਗਾਇਕੀ ਕਰਨੀ ਹੈ ਗਾਇਕੀ ਕਰੋ, ਥੱਲੇ ਲੋਕਾਂ ਨੂੰ ਇਹ ਕਹੋ ਵੀ ਲੜੋ ਨਾ ਕਿਸੇ ਨਾਲ, ਇਹ ਕਰਨ ਵਾਲੇ ਨਾਲ ਦੀ ਜਿਹੜਾ ਚੱਲ ਰਿਹਾ ਕੋਈ ਇਹਨਾਂ ਦਾ ਕੋਈ ਸਿਸਟਮ ਸਹੀ ਨਹੀਂ ਹੈਗਾ, ਲੋਕ ਥੱਲੇ ਲੜ ਲੈਣੇ, ਇਹਨਾਂ ਕਰਕੇ ਮੈਂ ਬਸ ਇਹੀ ਕਹਿ ਰਿਹਾ ਕਿ ਜੇ ਗਾਇਕੀ ਕਰਨੀ ਆ ਤੇ ਆਪਣੇ ਤੱਕ ਸੀਮਤ ਰੱਖੋ, ਲੋਕਾਂ ਨੂੰ ਕਹੋ ਵੀ ਲੜੋ ਨਾ, ਹੁਣ ਜੇ ਕੋਈ ਲੜਦਾ ਇਹ ਉਹਨਾਂ ਨਾਲ ਥੋੜ੍ਹੀ ਖੜਦੇ ਜਾ ਕੇ ਵੀ ਤੂੰ ਕਰਨ ਵਾਲੇ ਦੇ ਫੈਨ ਨਾਲ ਲੜ ਰਿਹਾ ਤੇ ਮੈਂ ਤੇਰੇ ਨਾਲ ਹਾਂ। ਸੋ ਮੈਂ ਲੋਕਾਂ ਨੂੰ ਵੀ ਕਹਿ ਰਿਹਾ ਵੀ ਇਹਨਾਂ ਪਿੱਛੇ ਲੜਨ ਦਾ ਕੋਈ ਫਾਇਦਾ ਨਹੀਂ, ਇਹ ਸਰਸਰ ਬੇਵਕੂਫੀ ਆ। ਸੋ ਗਾਣੇ ਸੁਣੋ, ਇੰਜੋਏ ਕਰੋ, ਇਹਨਾਂ ਤੇ ਆਉਣਾ ਪੈਸੇ ਲੈ ਕੇ ਚਲੇ ਜਾਣਾ, ਇਹਨਾਂ ਨਾ ਕੋਈ ਖੜਦਾ ਨਾਲ, ਨਾ ਕੋਈ ਮੈਂ ਗਾਏਗਾ, ਮੈਨੂੰ ਸੱਦੋਗੇ ਮੈਂ ਪੈਸੇ ਲੈਣੇ ਮੈਂ ਚਲੇ ਜਾਣਾ, ਮੇਰੇ ਪਿੱਛੇ ਲੜਨ ਦਾ ਕੋਈ ਫਾਇਦਾ ਨਹੀਂ, ਨਾ ਉਹਨਾਂ ਪਿੱਛੇ ਲੜਨ ਦਾ ਫਾਇਦਾ, ਮੈਂ ਤੁਹਾਨੂੰ ਇਹ ਕਹਿ ਰਿਹਾ ਸੁਣੋ, ਇੰਜੋਏਮੈਂਟ ਕਰੋ ਬਸ। ਧੱਕਾ ਗਾਣਾ ਜਿਹੜਾ ਸਿੱਧੂ ਮੂਸੇਵਾਲਾ ਦਾ ਆ ਉਹ ਦੇਖਿਓ ਵੀ ਉਹਨਾਂ ਨਾਲ ਕਿੱਡਾ ਪ੍ਰਭਾਵ ਪਿਆ ਆਪਣੀ ਦੁਨੀਆ, ਜਿਹੜੀ ਮਾਈ ਭਾਗੋ ਹੈ ਨਾ ਜੀ, ਉਹ ਤਾਂ ਰੂਪ ਹੋ ਗਿਆ ਇੱਕ ਰੱਬ ਦਾ, ਇਹਨੂੰ ਗੀਤ 'ਚ ਪਾਉਣ ਦੀ ਲੋੜ ਹੀ ਨਹੀਂ, ਗੀਤ ਇਹਨੇ ਇੱਕ ਜੂਨੇ ਮੋੜ 'ਚ ਡੀ ਜੇ ਗਾਉਣਾ, ਫਿਰ ਪੂਰਾ ਤਾਂ ਧਾਰਮਿਕ ਗਾਉਂਦਾ, ਇੱਕ ਜੂਨੇ ਮੋੜ ਦੀ ਬੰਦੂਕ ਪਾਤੀ ਵਿੱਚ, ਮਾਈ ਭਾਗੋ ਪਾਤੀ ਵਿੱਚ ਤੱਤੀ ਤਸੀਰ, ਸੋ ਇਹ ਬਹੁਤ ਗਲਤ ਲੱਗਾ ਮੈਨੂੰ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਹੈ ਤੁਹਾਡੀ, ਉਹਦੇ ਤੁਸੀਂ ਕਰਨ ਔਜਲੇ ਬਾਰੇ ਬੋਲੇ ਜੀ, ਉਹ ਕਿਉਂ ਤੁਸੀਂ ਬੋਲੇ ਜੀ, ਕੀ ਕਾਰਨ ਸੀ ਉਹ ਕਰਨ ਔਜਲੇ ਬਾਰੇ ਬੋਲਣ ਦਾ? ਉਹੀ ਗੱਲ ਮੈਂ ਫਿਰ ਦੁਹਰਾਉਣਾ ਵੀ ਦੇਖੋ, ਇਹ ਚਿੱਟੇ ਕੁੜਤੇ ਨੇ ਜਿਹੜਾ ਗਾਣਾ ਕੱਢਿਆ, ਹੁਣ ਤੁਸੀਂ ਵਾਇਰਲ ਟਿਕਟੋਕ 'ਤੇ ਵੇਖਿਓ, ਜਿੱਥੇ ਵੇਖਿਓ ਲੋਕਾਂ ਚਿੱਟੇ ਕੁੜਤੇ ਪਾ ਕੇ ਉੱਤੇ ਖੂਨ ਲਾ ਕੇ ਵੀਡੀਓ ਬਣਾ ਰਹੇ ਨੇ, ਉਹਨਾਂ ਦੇ ਦਿਮਾਗ 'ਚ ਫਰਕ ਤਾਂ ਪੈ ਰਿਹਾ ਨਾ ਵੀ ਇਹ ਵੀ ਇਹ ਚੀਜ਼ ਕਰ ਰਹੇ। ਸੋ ਉਹ ਇਹ ਚੀਜ਼ ਨੂੰ ਇੰਟਰਟੇਨਮੈਂਟ ਨਹੀਂ ਨਾ ਮੰਨ ਰਹੇ, ਉਹ ਇਸ ਨੂੰ ਸੀਰੀਅਸ ਲੈ ਰਹੇ ਲੋਕ, ਇਸ ਲਈ ਮੈਂ ਨਾ ਵੀ ਜੇ ਗਾਣਾ ਕੱਢਣਾ ਹੈ ਸੋ ਆਪਣੇ ਹਿਸਾਬ ਹਿਸਾਬ ਨਾਲ ਕੱਢੋ ਵੀ ਲੋਕਾਂ ਦੇ ਸਿਰ 'ਤੇ ਜਿਹੜਾ ਪਵੇ ਨਾ, ਉਹਨਾਂ ਨੂੰ ਕਹੋ ਵੀ ਸਾਡਾ ਕੋਈ ਵੈਰ ਨਹੀਂ, ਇਹ ਸੋ ਇੱਕ ਦੂਜੇ ਨੂੰ ਰਿਪਲਾਈ ਕਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ, ਆਪ ਚਾਹੇ ਇਕੱਠੇ ਹੀ ਆਉਣੇ। ਮੈਂ ਤਾਂ ਇਹ ਅਪੀਲ ਕਰਨਾ ਚਾਹੁੰਦਾ ਜੀ, ਚੰਗਾ ਗਾਓ, ਸੋ ਲੋਕਾਂ ਨੂੰ ਕਹੋ ਵੀ ਸਾਡੇ ਪਿੱਛੇ ਲੜਨਾ, ਸੋ ਜੇ ਫੈਨ ਆ ਫੈਨ ਇਕੱਠੇ ਹੋ ਕੇ ਰਹਿਣ, ਸੁਣੋ ਗਾਓ,
ਹੋ ਕੋਈ ਕਹਿੰਦਾ ਲਿਬੜਿਆ ਕੁੜਤਾ ਏ ਮੇਰਾ ਕੋਈ ਕਹਿੰਦਾ ਅਸੀਂ ਕਰਦੇ ਆ ਟਕਾਵੇ ਉਹ ਟਾਈਮ ਸਾਡਾ ਉਹ ਪੁੱਤ ਪਤਾ ਲੱਗੂ ਕੀਤਾ ਮਿੱਤਰਾਂ ਨੇ ਮੁੱਦਾ ਜਦੋਂ ਯਕਾਵੇ ਉਹ ਵੱਡੇ ਵੱਡੇ ਕਾਰਨਾਮੇ ਯਾਰਾਂ ਦੇ ਵੱਡੇ ਵੱਡੇ ਕਾਰਨਾਮੇ ਯਾਰਾਂ ਦੇ ਪਰ ਹੌਲੀ ਹੌਲੀ ਕਰਦੇ ਆ ਸ਼ੋ ਮਿੱਤਰਾ ਓ ਪੁੱਤਨੀ ਅਮੂਰੇ ਤੇਰਾ ਪਿਓ ਮਿੱਤਰਾ ਡਰ ਸਾਡੇ ਨਾਲ ਜਾਏਗਾ ਤੂੰ ਚੋ ਮਿੱਤਰਾ ਜਾਣੀ ਮਾਤੜ ਨਾ ਖੜਾ ਮੂਰੇ ਜੋ ਮਿੱਤਰਾ ਸੋ ਇਹਦੀ ਪੂਰੀ ਆਡੀਓ ਬਣੀ ਵੀ ਵੀਡੀਓ ਰਹਿ ਗਈ ਹੈ ਜੀ ਅੱਗੇ ਅੰਤਰੇ ਬਹੁਤ ਸੋਹਣੇ ਲਿਖੇ ਮੈਂ ਸੋ ਸਿਹਤ ਦੇਣ ਵਾਲੇ ਆ ਵੀ ਕੀ ਸਿਸਟਮ ਇਹ ਕਰਦੇ ਆ ਤੇ ਕਿਉਂ ਲੋਕੀ ਇਹਨਾਂ ਦੇ ਪਿੱਛੇ ਸੋ ਦੇਖਿਓ ਛੇਤੀ ਆ ਗਿਆ ਨਾ ਗਾਣੇ ਦਾ ਹੋਊਗਾ ਯੂਅਰ ਡੈਡ